ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਹਮਲੇ ਤੋਂ ਬਾਅਦ ਸਿਆਸਤ ਜਿੱਥੇ ਗਰਮਾਈ ਹੋਈ ਹੈ ਉੱਥੇ ਕਿਤੇ ਸੰਦੋਆ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਕਿਤੇ ਸੰਦੋਆ ਦੇ ਹੱਕ ਦੇ ਵਿੱਚ। ਇਸ ਵੇਲੇ ਅਸੀਂ ਰੋਪੜ ਦੇ ਬੇਲਾ ਚੌਂਕ ਦੇ ਵਿੱਚ ਖੜ੍ਹੇ ਹਾਂ ਜਿੱਥੇ ਸੰਦੋਆ ਦੇ ਹੱਕ ਦੇ ਵਿੱਚ ਅੱਜ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਪਰ ਜੇਕਰ ਗੱਲ ਮੌਕੇ ਦੇ ਹਾਲਾਤਾਂ ਦੀ ਕੀਤੀ ਜਾਵੇ ਤਾਂ ਅਜੇ ਇਹ ਧਰਨਾ ਜਿਹੜਾ ਸ਼ੁਰੂ ਨਹੀਂ ਹੋ ਸਕਿਆ। ਟੀਮਾਂ ਆਮ ਆਦਮੀ ਪਾਰਟੀ ਦੇ ਵਰਕਰ, ਆਮ ਆਦਮੀ ਪਾਰਟੀ ਦੇ ਸਮਰਥਕ ਅਤੇ ਕੁਝ ਦਿੱਗਜ ਨੇਤਾ ਇੱਥੇ ਕੁਛ ਹੀ ਸਮੇਂ ਬਾਅਦ ਦੇਖੇ ਜਾ ਸਕਣਗੇ। ਔਰ ਜੇ ਗੱਲ ਕੀਤੀ ਜਾਵੇ ਤਾਂ ਜਿਹੜਾ ਪੰਡਾਲ ਹੈਗਾ ਉਹ ਸਜ ਚੁੱਕਿਆ ਹੈ ਔਰ ਨਾਲ ਹੀ ਜਿਹੜੀ ਸਟੇਜ ਹੈਗੀ ਆ ਪੂਰੀ ਤਰ੍ਹਾਂ ਦੇ ਨਾਲ ਤਿਆਰ ਕਰ ਦਿੱਤੀ ਗਈ ਹੈ। ਅਤੇ ਜੇਕਰ ਤੁਹਾਨੂੰ ਅਸੀਂ ਬਾਹਰ ਦੇ ਹਾਲਾਤ ਦਿਖਾਈਏ ਤਾਂ ਇਸ ਸਮੇਂ ਬਾਹਰ ਜਿਹੜੇ ਹਾਲਾਤ ਹੈਗੇ ਆ ਪੁਲਿਸ ਦੀਆਂ ਵੱਖ ਵੱਖ ਟੁਕੜੀਆਂ, ਔਰ ਦੱਸ ਦਈਏ ਕਿ ਰੋਪੜ ਤੋਂ ਇਲਾਵਾ ਮੋਹਾਲੀ ਤੋਂ ਵੀ ਪੁਲਿਸ ਪਾਰਟੀ ਜਿਹੜੀ ਇੱਥੇ ਬੁਲਾਈ ਗਈ ਹੈ। ਪੁਲਿਸ ਨੇ ਪੁਖਤਾ ਪ੍ਰਬੰਧ ਸੁਰੱਖਿਆ ਦੇ ਕੀਤੇ ਹੋਏ ਨੇ ਔਰ ਵੱਖ ਵੱਖ ਟੁਕੜੀਆਂ ਦੇ ਵਿੱਚ, ਔਰ ਪੂਰੇ ਰੋਪੜ ਦੀ ਗੱਲ ਕੀਤੀ ਜਾਵੇ ਰੋਪੜ ਦੇ ਵਿੱਚ ਨਾਕਾਬੰਦੀ ਕੀਤੀ ਗਈ ਹੈ। ਔਰ ਜੇਕਰ ਗੱਲ ਕੀਤੀ ਜਾਵੇ ਬੇਲਾ ਚੌਂਕ ਦੀ ਤਾਂ ਬੇਲਾ ਚੌਂਕ ਦੇ ਵਿੱਚ ਪੁਲਿਸ ਪਾਰਟੀ ਨੂੰ ਬਾਖੂਬੀ ਵੇਖਿਆ ਜਾ ਸਕਦਾ ਹੈ ਅਤੇ ਵੱਖ ਵੱਖ ਥਾਵਾਂ ਦੇ ਉੱਤੇ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਗਈ ਹੈ। ਪਰ ਹੁਣ ਵੇਖਣਾ ਇਹ ਹੋਵੇਗਾ ਕਿ ਇਹ ਧਰਨਾ ਕਦੋਂ ਤੱਕ ਸ਼ੁਰੂ ਹੁੰਦਾ ਹੈ ਅਤੇ ਜਿਸ ਹਿਸਾਬ ਦੇ ਨਾਲ ਇੱਥੇ ਪੰਜਾਬ ਪੁਲਿਸ ਤਾਇਨਾਤ ਕੀਤੀ ਗਈ ਹੈ, ਲੱਗਦਾ ਹੀ ਰਿਹਾ ਕਿ ਭਾਰੀ ਇਕੱਠ ਜਿਹੜਾ ਇੱਥੇ ਹੋਣ ਵਾਲਾ ਹੈ ਰੋਪੜ ਦੇ ਵਿੱਚ ਬੇਲਾ ਚੌਂਕ ਦੇ ਵਿੱਚ। ਪੁਲਿਸ ਦੇ ਲਈ ਇੱਕ ਵੱਡੀ ਚੁਣੌਤੀ ਹੈਗੀ ਹੈ ਕਿ ਇਸ ਧਰਨੇ ਨੂੰ ਕਿਵੇਂ ਕੰਟਰੋਲ ਕੀਤਾ ਜਾਂਦਾ ਹੈ, ਕਿਉਂਕਿ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇੱਥੇ ਆਵਾਜਾਈ ਹੈਗੀ ਆ। ਔਰ ਜੇਕਰ ਗੱਲ ਕੀਤੀ ਜਾਵੇ ਬੇਲਾ ਚੌਂਕ ਦੀ ਤਾਂ ਇਹ ਰੋਪੜ ਦੇ ਵਿੱਚ ਬੇਲਾ ਚੌਂਕ ਇੱਕ ਅਜਿਹਾ ਚੌਂਕ ਹੈਗਾ ਜਿੱਥੇ ਆਵਾਜਾਈ ਆਮ ਤੌਰ 'ਤੇ ਰਹਿੰਦੀ ਹੈ ਅਤੇ ਕਈ ਪਿੰਡਾਂ ਨੂੰ ਆਪਸ ਦੇ ਵਿੱਚ ਰੋਪੜ ਦੇ ਨਾਲ ਜੋੜਦੀ ਹੈਗੀ ਆ ਇਹ ਸੜਕ। ਅਤੇ ਇਸ ਨੂੰ ਕੀ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਰੋਡ ਨੂੰ ਜਾਮ ਕੀਤਾ ਜਾਂਦਾ ਜਾਂ ਫਿਰ ਉਹ ਪੰਡਾਲ ਦੇ ਵਿੱਚ ਇੱਕ ਵਧੀਆ ਤਰੀਕੇ ਦੇ ਨਾਲ ਕਹਿ ਲਈਏ ਵੀ ਹਾਂ ਪੂਰੀ ਉਹਦੇ ਦੇਖਦੇ ਹੋਏ ਲੋਕਾਂ ਦੀ ਸੁਰੱਖਿਆ ਨੂੰ, ਲੋਕਾਂ ਨੂੰ ਕਿਸੇ ਤਰ੍ਹਾਂ ਦੀ ਤੰਗੀ ਪਰੇਸ਼ਾਨੀ ਨਾ ਆਵੇ ਤਾਂ ਉਸ ਚੀਜ਼ ਨੂੰ ਵੀ ਵੇਖਿਆ ਜਾਂਦਾ। ਸਾਹਮਣੇ ਹੈਗਾ ਬੇਲਾ ਚੌਂਕ, ਬੇਲਾ ਚੌਂਕ ਦੇ ਵਿੱਚ ਇਹ ਧਰਨਾ ਲਗਾਇਆ ਜਾ ਰਿਹਾ। ਪਰ ਗੱਲ ਕੀਤੀ ਜਾਵੇ ਸੜਕ ਦੀ ਤਾਂ ਸੜਕ ਨੂੰ ਅਜੇ ਤੱਕ ਜਾਮ ਕਰਨ ਦੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ। ਪਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੀ, ਦੇਖੇ ਜਾ ਸਕਦੇ ਨੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਸਮਰਥਕ ਹੈਗੇ ਨੇ ਸੰਦੋਆ ਦੇ ਪੱਖ ਵਿੱਚ ਬੇਲਾ ਚੌਂਕ ਵਿਖੇ ਪਹੁੰਚਣੇ ਸ਼ੁਰੂ ਹੋ ਗਏ ਨੇ ਅਤੇ ਨਾਅਰੇਬਾਜ਼ੀ ਜਿਹੜੀ ਹੈਗੀ ਆ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ। ਵੱਖ ਵੱਖ ਥਾਵਾਂ ਤੋਂ ਹੋਰ ਵੀ ਟੀਮਾਂ ਆ ਰਹੀਆਂ ਨੇ। ਕੁਛ ਹੀ ਸਮੇਂ ਬਾਅਦ ਇੱਥੇ ਸੁਖਪਾਲ ਖਹਿਰਾ, ਭਗਵੰਤ ਮਾਨ, ਡਾਕਟਰ ਬਲਬੀਰ, ਅਮਨ ਅਰੋੜਾ ਵੀ ਵੇਖੇ ਜਾ ਸਕਦੇ ਨੇ। ਅਜੇ ਤੱਕ ਅਮਨ ਅਰੋੜਾ ਦਾ ਕੁਛ ਵੀ ਜਿਹੜਾ ਕਲੀਅਰ ਨਹੀਂ ਹੋ ਪਾਇਆ ਕਿ ਉਹ ਪਹੁੰਚ ਰਹੇ ਨੇ, ਪਰ ਸੁਖਪਾਲ ਖਹਿਰਾ, ਡਾਕਟਰ ਬਲਬੀਰ, ਭਗਵੰਤ ਮਾਨ ਦੇ ਨਾਲ ਨਾਲ ਹੋਰ ਬਹੁਤ ਸਾਰੇ ਦਿੱਗਜ ਨੇਤਾ ਰੋਪੜ ਦੇ ਵਿੱਚ ਵੇਖੇ ਜਾ ਸਕਦੇ ਨੇ। ਫਿਲਹਾਲ ਵੇਖਣਾ ਹੀ ਹੋਵੇਗਾ ਕਿ ਪੁਲਿਸ ਦੇ ਵੱਲੋਂ ਇਸ ਸਾਰੇ ਧਰਨੇ ਨੂੰ, ਪੁਲਿਸ ਦੇ ਲਈ ਕਿਉਂਕਿ ਇੱਕ ਚੁਣੌਤੀ ਬਣ ਚੁੱਕੀ ਹੈ, ਪੁਲਿਸ ਕਿਵੇਂ ਇਸ ਧਰਨੇ ਨੂੰ ਰੋਕ ਪਾਉਂਦੀ ਹੈ ਜਾਂ ਫਿਰ ਕਿਵੇਂ ਲੋਕਾਂ ਦੇ ਲਈ ਕੋਈ ਮੁਸੀਬਤ ਨਾ ਬਣ ਸਕੇ ਧਰਨਾ, ਉਹ ਕਿਵੇਂ ਹੁੰਦਾ ਹੈ ਅਤੇ ਇਹ ਧਰਨੇ ਤੋਂ ਬਾਅਦ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਅਤੇ ਪ੍ਰਸ਼ਾਸਨ ਦੇ ਉੱਤੇ ਇਸ ਦਾ ਕਿਵੇਂ ਦਾ ਪ੍ਰਭਾਵ ਪੈਂਦਾ ਇਹ ਵੇਖਣਾ ਲਾਜ਼ਮ। ਰੋਪੜ ਤੋਂ ਸੱਜਣ ਸੈਣੀ ਦੇ ਨਾਲ ਜਗਦੀਪ ਸਿੰਘ ਥਲੀ, D5 ਚੈਨਲ, ਪੰਜਾਬੀ।